तो मैं तुम्हें कुड़ियां विखा देना शराब के ठेके तो शराब लेंदियाँ, मैडिकल स्टोर तो यहो जी गोलियां तो यहोजे समान लेंदियाँ, सैक्स में प्रवोक करने वाली चीज़ा लेंदियाँ। मैं दिखा दिना, आओ चलो मेरे चंडीगढ़ ही, जिन्हों लोड़ है उन्हें वह चीज़ पैदा कर लेनी है। ये चिट्टे दे नशे तो गल जाहर है। हाँ जी दोस्तों, सत श्री अकाल, मैं साहिब सिंह विरक लोहार माजरा। दोस्तों जिवें पंजाब दे विच मारू नशियां दा हड़ आया होया है, इस गलबात संबंधी उगे वकील सुनील मल्लण पंजाब हरियाणा हाई कोर्ट इन्हां नाल गलबात करांगे। पंजाब दे विच जिहड़े नशे ने इन्हां नूं ठल किवें पाई जावे। मल्लण साहब स्वागत है जी। सत श्री अकाल वीर जी। मल्लण साहब, जिवें जेकर वेख्या जावे पंजाब होवे जां हरियाणा होवे नाल दिल्ली जां होर जिहड़ियां वी स्टेटां ने, ਇਹਨਾਂ ਦੇ ਵਿੱਚ ਜਿਹੜੇ ਨਸ਼ੇ ਨੇ ਇਹਨਾਂ ਦਾ ਕਿਸ ਤਰ੍ਹਾਂ ਬੰਦੋਬਸਤ ਹੋ ਸਕਦਾ ਹੈ, ਕਿਵੇਂ ਮਤਲਬ ਕਿ ਇਹ ਤੋਂ ਨਜਾਤ ਪਾਈ ਜਾ ਸਕਦੀ ਹੈ? ਦੇਖੋ, ਨਸ਼ਾ ਸ਼ਬਦ ਕਿਸ ਚੀਜ਼ ਨਾਲ ਬਣਿਆ? ਜਿਹਦੀ ਰਿਪੀਟ ਕਰਨ ਦੀ ਆਦਤ ਪੈ ਜਾਏ, ਰੋਟੀ ਹੋ ਸਕਦੀ ਹੈ, ਪਾਣੀ ਹੋ ਸਕਦਾ ਹੈਗਾ ਉਹਨਾਂ 'ਚ ਨਸ਼ਾ, ਤਾਂ ਹੀ ਅਸੀਂ ਵਾਰ ਵਾਰ ਪੀਂਦੇ ਹਾਂ। ਔਰ ਕੋਈ ਇੰਟੋਕਸੀਕੈਂਟ ਵੀ ਹੋ ਸਕਦਾ, ਉਹ ਸ਼ਰਾਬ, ਭੁੱਕੀ, ਸਮੈਕ ਕਈ ਰੂਪ 'ਚ ਮਿਲਦਾ। ਸੋ ਉਹਨੂੰ ਛੱਡਣ ਦਾ, ਉਹਦੇ ਕੋਲ ਮੁਕਤੀ ਲੈਣ ਦਾ ਇੱਕੋ ਤਰੀਕਾ ਹੈ ਕਿ ਉਹਦੀ ਪਹਿਲਾਂ ਤਾਂ ਜਿਹੜਾ ਅਡਿਕਟਿਡ ਬੰਦਾ ਹੈ ਉਹਦੇ ਅੰਦਰ ਇੱਛਾ ਆਵੇ ਕਿ ਮੈਂ ਛੱਡਣੀ ਹੈ, ਸਭ ਤੋਂ ਪਹਿਲਾਂ ਉਹ ਕੰਮ ਹੈ। ਦੂਜਾ, ਉਹਨੂੰ ਸਿੰਥੈਟਿਕ ਤੋਂ ਤੋੜ ਕੇ ਨੈਚੁਰਲ ਨਸ਼ੇ ਵੱਲ ਪਹਿਲਾਂ ਲਿਆਂਦਾ ਜਾਵੇ ਤਾਂ ਕਿ ਉਹਦਾ ਸਰੀਰ ਬਚਾਇਆ ਜਾ ਸਕੇ, ਫਿਰ ਉਹਨੂੰ ਨਿਊਟਰਲ ਕੀਤਾ ਜਾਵੇ। ਸੋ ਇਹ ਇੱਕ ਪ੍ਰੋਸੈਸ ਹੈ। ਇਹ ਕਿਵੇਂ ਮਤਲਬ ਹੋ ਸਕਦਾ ਪੰਜਾਬ ਦੇ ਵਿੱਚ? ਗੱਲ ਕਰੀਏ ਦੇਸ਼ ਦੇ ਵਿੱਚ ਹੀ, ਪਿਛਲੇ ਦਿਨੀ ਵੀ 30 ਕੁਇੰਟਲ 'ਤੇ ਚਿੱਟਾ ਆਇਆ, ਕਹਿੰਦੇ ਨੇ ਟੈਲਕਮ ਪਾਊਡਰ। ਆਹੋ, ਬਣ ਜਾਂਦਾ ਟੈਲਕਮ ਪਾਊਡਰ ਨਾ, ਅਤੇ ਮੈਂ ਕਹਿੰਦਾ ਉਹ ਜਿਹੜਾ ਟੈਲਕਮ ਪਾਊਡਰ ਬੰਦਿਆਂ ਲਈ ਆਇਆ ਉਹ ਫਿਰ ਜਨਾਨੀਆਂ ਲਈ ਆਇਆ, ਉਹ ਐਤਕੀ ਬੰਦਿਆਂ ਨੂੰ ਦੇ ਦਿਓ। ਦੇਖੋ, ਮੈਂ ਤਾਂ ਸਰੇਆਮ ਸੁਜੈਸ਼ਨ ਦਿੰਦਾ, ਨਸ਼ੇ ਤੋਂ ਉੱਜੜਦੇ ਕਿਵੇਂ ਪਏ ਨੇ ਲੋਕ, ਉਹਦੇ 'ਚ ਕੁਝ ਫੈਕਟਰਸ ਨੇ। ਪਹਿਲਾ ਫੈਕਟਰ ਕੋਸਟ, ਕਿ ਇੱਕ ਪੁੜੀ ਜਿਹੜੀ 100 ਰੁਪਏ ਪਹਿਲਾਂ 10 ਦੀ ਸੀ, 100 ਦੀ ਹੋਈ, 1000 ਦੀ ਹੋਈ, 3000 ਦੀ ਹੋ ਗਈ, ਉਹ 3000 ਕਰਕੇ ਚੋਰੀਆਂ ਸ਼ੁਰੂ ਹੋ ਗਈਆਂ, ਸਭ ਕੁਝ ਹੋ ਗਿਆ। ਹੁਣ ਮੈਂ ਕਹਿੰਦਾ ਉਹ ਪੁੜੀ ਫ੍ਰੀ ਕਰ ਦਿਓ, ਵੇਖੋ ਮੈਂ ਪੁੱਠੀ ਗੱਲ ਕਰਦਾ, ਅਤੇ ਉਹਦੀਆਂ ATM ਮਸ਼ੀਨਾਂ ਲਾ ਦਿਓ ਹਸਪਤਾਲਾਂ 'ਚ, ਚਿੱਟੇ ਦੀਆਂ। ਹਾਂ, ਚਿੱਟੇ ਦੀਆਂ, ਸਿੰਥੈਟਿਕ ਦੀਆਂ ਫਿਲਹਾਲ ATM ਮਸ਼ੀਨਾਂ ਲੱਗ ਜਾਣੀਆਂ ਚਾਹੀਦੀਆਂ। ATM ਕਾਰਡ ਸੁਨੀਲ ਮਿਲਣ ਦਾ ਬਣ ਜੇ, ਮੈਂ ਨਸ਼ਾ ਕਰਦਾ ਜੀ, ਆਹਲੋ ਮੇਰਾ ਕਾਗਜ਼, ਆਹਲੋ ਮੇਰੀ ਬੋਡੀ, ਟੈਸਟ ਕਰ ਲਓ, ਅਤੇ ਡਾਕਟਰ ਸਾਹਿਬ ਉਸ ਨਸ਼ੇ ਦੀ ਮਸ਼ੀਨ ਨੂੰ ਕਿਸੇ ਵਧੀਆ ਹਸਪਤਾਲ 'ਚ ਲਾ ਲੈਣ, ਉੱਥੇ ਉਹ ATM ਕਾਰਡ ਸੁਨੀਲ ਮਿਲਣ ਅੰਦਰ ਪਾਵੇ, ਅਤੇ ਉਹਦੀ ਪੁੜੀ 10 ਗ੍ਰਾਮ ਦੀ ਜੇ ਡਾਕਟਰ ਸਾਹਿਬ ਨੇ ਲਿਖੀ ਹੈ, 2 ਗ੍ਰਾਮ ਦੀ ਲਿਖੀ ਹੈ, 5 ਗ੍ਰਾਮ ਦੀ ਲਿਖੀ ਹੈ, ਅਤੇ ਫ੍ਰੀਕੁਐਂਸੀ ਲਿਖੀ ਵੀ ਦਿਨ 'ਚ 2 ਮਿਲ ਸਕਦੀਆਂ, ਅਤੇ ਉਹ 2 ਪੁੜੀਆਂ ਉਹਨੂੰ ਮਿਲ ਜਾਣ ਫ੍ਰੀ, ਫਿਰ ਮੈਂ ਧਿਆਨ ਕਹਿੰਦਾ ਮੈਂ ਫ੍ਰੀ। ਉਹ ਫ੍ਰੀ ਕਿਉਂ ਕਹਿੰਦਾ ਕਿ ਘੱਟੋ ਘੱਟ ਉਹਦੇ ਲਈ ਜਿਹੜੀ ਉਹ ਚੋਰੀ ਕਰ ਰਿਹਾ ਪਹਿਲਾਂ ਚੋਰੀ ਰੋਕ ਕੇ ਜਾਏਗੀ, ਫਿਰ ਉਸ ਨਸ਼ੇ ਦੀ ਡੋਜ਼ ਘਟਾਉਣੀ ਸ਼ੁਰੂ ਕੀਤੀ ਜਾਵੇ, ਅਤੇ ਉਹਨੂੰ ਆਲਟਰਨੇਟ ਕੋਈ ਨਸ਼ਾ ਦਿੱਤਾ ਜਾਣਾ ਚਾਹੀਦਾ ਕਿ ਜਿਹੜੀ ਬੋਡੀ ਅਡਿਕਟ ਹੋ ਚੁੱਕੀ ਹੈ ਉਹਨੂੰ ਤੋੜਨ ਲਈ ਇੱਕਦਮ ਉਹਦਾ ਨਸ਼ਾ ਤੋੜ ਦਿਓਗੇ। ਤੁਸੀਂ ਰੋਜ਼ ਰੋਟੀ ਖਾਂਦੇ ਹੋ ਨਾ, ਜਾਓ ਮੈਂ ਤੁਹਾਨੂੰ ਸਾਊਥ ਇੰਡੀਆ ਛੱਡ ਕੇ ਆਉਂਦਾ ਅਤੇ ਤੁਹਾਨੂੰ ਉੱਥੇ ਰੋਟੀ ਨਹੀਂ ਮਿਲਣੀ, ਤੁਹਾਨੂੰ ਸਾਂਬਰ ਇਡਲੀ ਬੜਾ ਮਿਲੇਗਾ, ਤੀਜੇ ਦਿਨ ਤੁਹਾਡੇ ਅੰਦਰੋਂ ਕੁਛ ਹੋਣ ਲੱਗ ਪੈਣਾ ਕਿ ਯਾਰ ਫੁਲਕਾ ਖਾਣਾ। ਆਯੁਰਵੈਦ ਕਹਿੰਦਾ ਕਿ ਜਿਹੜੀ ਚੀਜ਼ ਨੂੰ ਤੁਸੀਂ 3 ਮਹੀਨੇ ਲਗਾਤਾਰ ਲੈ ਲਿਆ ਉਹ ਤੁਹਾਡੀ ਬੋਡੀ ਦੀ ਆਦਤ ਬਣ ਜਾਏਗੀ, ਚਾਹੇ ਉਹ ਰੋਟੀ ਹੈ, ਚਾਹੇ ਨੀਂਦ ਦੀ ਗੋਲੀ ਹੈ, ਅਤੇ ਚਾਹੇ ਕੋਈ ਦਵਾਈ ਹੈ। 3 ਮਹੀਨਿਆਂ ਬਾਅਦ ਉਹਦੀ 10 ਦਿਨ ਦੀ ਬ੍ਰੇਕ ਲਾ ਦਿਓ, ਫਿਰ ਦੁਬਾਰਾ ਲੈ ਲਓ, ਆਦਤ ਨਹੀਂ ਬਣੇਗੀ। ਸਰਕਾਰ ਨੂੰ ਚਾਹੀਦਾ। ਨਹੀਂ, ਤੁਸੀਂ ਚਿੱਟਾ ਕਹਿ ਰਹੇ ਹੋ ਵੀ ਚਿੱਟਾ ATM ਵਰਗੀਆਂ ਮਸ਼ੀਨਾਂ ਲਾ ਦਿੱਤੀਆਂ ਹਨ, ਮੈਨੂੰ ਤਾਂ ਬੜਾ ਹਾਸਾ ਆ ਰਿਹਾ ਜੀ, ਮੁੰਡੇ ਮਰ ਰਹੇ ਨੇ, ਮੁੰਡੇ ਕੁੜੀਆਂ ਮਰ ਰਹੇ ਨੇ ਇਹਦੇ ਨਾਲ। ਭਾਅ ਜੀ, ਉਹਦੇ ਨਾਲ ਬਚਣਗੇ? ਮੁੰਡੇ ਕੁੜੀਆਂ ਕਿੰਨਾ ਕਾਰਨਾ ਕਰਕੇ ਮਰ ਰਹੇ ਆ? ਪਹਿਲੀ ਗੱਲ, ਉਹਨਾਂ ਨੂੰ ਉਹ ਜਿਹੜਾ ਚਿੱਟੇ ਦਾ ਨਸ਼ਾ ਮਿਲਦਾ ਉਹ ਬਹੁਤ ਮਹਿੰਗਾ ਮਿਲਦਾ, ਮਹਿੰਗੇ ਨਸ਼ੇ ਕਰਕੇ ਕਿਸੇ ਵੇਲੇ ਉਹਨਾਂ ਨੂੰ ਇਹ ਲਾਲਚ ਹੋ ਜਾਂਦਾ ਕਿ ਹੁਣ ਮੈਨੂੰ 2 ਗ੍ਰਾਮ ਮੈਂ ਲਾ ਸਕਦਾ ਸੀ, ਮੈਨੂੰ 6 ਗ੍ਰਾਮ ਮਿਲ ਗਿਆ ਤਾਂ ਮੈਂ ਹੁਣੇ ਹੀ ਵਾੜ ਲਾਂ ਬੋਡੀ 'ਚ, ਉਹ 6 ਗ੍ਰਾਮ ਓਵਰਡੋਜ਼ ਹੁੰਦੇ ਆ, ਮਰ ਜਾਂਦੇ ਨੇ, ਪਾਪ ਹੋ ਗਿਆ ਨਾ। ਸਭ ਤੋਂ ਪਹਿਲਾਂ ਤਾਂ ਫੈਕਟਰਾਈਜੇਸ਼ਨ, ਇੰਨੇ ਵੱਡੇ ਵੱਡੇ ਸਾਇੰਟਿਸਟ ਅਵੇਲੇਬਲ ਹੈ, ਇੰਨੀ ਵੱਡੀ ਵੱਡੀ ਡਾਕਟਰਸ ਅਵੇਲੇਬਲ ਨੇ, ਬੁੱਧੀਜੀਵੀ ਅਵੇਲੇਬਲ ਨੇ। ਮੈਂ ਕਹਿੰਦਾ ਪੈਸਾ ਪਹਿਲਾਂ ਲੁੱਟਿਆ ਜਾ ਰਿਹਾ, ਜਿਹੜੇ ਡਰੱਗ ਦੀ ਇੰਪੋਰਟ ਕਰਦੇ ਉਹਨਾਂ ਦਾ ਕੰਮ ਹੀ ਬੰਦ ਹੋ ਜਾਣਾ। ਆ ਜਿਹੜੀ ਹੁਣ ਲੱਭੀ ਗਈ ਹੈ 30 ਕੁਇੰਟਲ, ਉਹਨੂੰ ਸੁੱਟਣ ਦੀ ਕੀ ਲੋੜ ਹੈ? ਤੁਸੀਂ ਐਡਿਕਸ਼ਨ ਪਹਿਲਾਂ ਲਾਈ ਵੀ ਤਾਂ ਤੁਸੀਂ ਹੈ, ਸਰਕਾਰਾਂ ਨੇ ਹੀ ਲਾਈ ਹੈ ਨਾ। ਇਹਦਾ ਮਤਲਬ ਤੁਸੀਂ ਇਹ ਗੱਲ ਨੂੰ ਮਜ਼ਾਕ ਕਰ ਰਹੇ ਹੋ, ਯਾਨੀ ਮਤਲਬ ਇੱਕ ਮਜ਼ਾਕ ਦੇ ਵਿੱਚ ਲੈ ਰਹੇ ਹੋ ਕਿ ਜਿਹੜੀ ਸਰਕਾਰ ਹੈ, ਜਿਵੇਂ ਬੁਰੀ ਹਾਲਤ ਹੋਈ ਪਈ ਹੈ,
ਵੀ ਚਿੱਟੇ ਦੇ ATM ਹੀ ਲਾ ਦਿੱਤੇ ਜਾਣ, ਕਿਉਂਕਿ ਉਹਨਾਂ ਨੂੰ ਹਟਾਉਣ ਵਾਸਤੇ ਜਿਵੇਂ ਜੀਭ ਦੀਆਂ ਗੋਲੀਆਂ ਨੇ, ਕਿੰਨਾ ਕੁਛ ਸਰਕਾਰ ਕਰ ਰਹੀ ਹੈ, ਕਿੰਨੇ ਉਪਰਾਲੇ ਕਰ ਰਹੀ ਹੈ ਉਹਨੂੰ ਚਿੱਟੇ ਤੋਂ ਸਮੈਕ ਤੋਂ ਹਟਾਉਣ ਵਾਸਤੇ। ਕੀ ਸਰਕਾਰ ਕੋਲ ਡਾਟਾ ਕੀ ਹੈ, ਕਿੰਨੇ ਬਚਾ ਲਏ ਇਹਨਾਂ ਨੇ, ਕਿੰਨੇ ਰੀ ਐਡਿਕਟ ਨਹੀਂ ਹੋਏ? ਮੈਨੂੰ ਇੱਕ ਗੱਲ ਦਾ ਜਵਾਬ ਦੇਵੇ ਨਾ, ਬੜੀ ਬੁਰੀ ਹਾਲ, ਬੁਰੀ ਹਾਲਤ ਉਹਨਾਂ ਦੀ। ਅਤੇ ਜਿਹੜੇ ਜਿਹੜੇ ਡੀ ਐਡਿਕਸ਼ਨ ਸੈਂਟਰ ਆ ਉਹਨਾਂ 'ਚ ਜਾ ਕੇ ਵੇਖੋ, ਉਹਨਾਂ ਦਾ ਕਿਸੇ ਦਾ ਸਕਸੈਸ ਰੇਟ ਵਿਖਾ ਦਿਓ ਮੈਨੂੰ, 1% ਵੀ ਨਹੀਂ ਹੈ। ਅਤੇ ਘੱਟੋ ਘੱਟ ਜਿਹੜੇ ਘਰ ਲੁੱਟੇ ਜਾਂਦੇ ਪਏ ਨੇ ਨਸ਼ਿਆਂ ਕਰਕੇ, ਕਰੋੜਾਂ ਰੁਪਈਏ ਘਰ ਦੇ ਉੱਜੜ ਗਏ। 5S ਨਵਾਂ ਮੋਬਾਈਲ 60,000 ਦਾ, ਅਤੇ ਸਮੈਕੀਏ ਕੋਲੋਂ 3,000 ਦਾ ਮਿਲ ਜਾਂਦਾ, ਹੁਣੇ ਲੈ ਲਓ। ਭੱਜਾ ਫਿਰੂ, ਤਰਲੇ ਮਾਰਦਾ ਫਿਰੂ ਕਿ ਭਾਅ ਜੀ 3,000 'ਚ ਹੀ ਦੇਣਾ। ਫਿਰ ਘਰ ਦੇ ਭਾਂਡੇ ਵੇਚੇ ਨੇ, ਘਰ ਦੀਆਂ ਮਸ਼ੀਨਾਂ ਵੇਚਤੀਆਂ ਲੋਕਾਂ ਨੇ, ਕੀ ਛੱਡਿਆ ਘਰ 'ਚ ਪੁੱਛ ਕੇ ਵੇਖੋ। ਅਤੇ ਘੱਟੋ ਘੱਟ ਉਹ ਘਰ ਉੱਜੜੇ ਨੂੰ ਤਾਂ ਬਚਣਗੇ। ਜਿਹੜਾ ਬੰਦਾ ਨਸ਼ੇ ਦਾ ਆਦੀ ਹੋ ਚੁੱਕਾ, ਉਹ ਨਸ਼ਾ ਕਰਕੇ ਰਹੇਗਾ। ਨਸ਼ਾ ਵੀ ਤਾਂ ਇੱਕ ਮਿੰਟ ਭਾਅ ਜੀ, ਹੁਣ ਦੱਸੋ ਹੁਣ ਨਸ਼ਾ ਕਿੱਥੋਂ ਮਿਲਦਾ ਪਿਆ? ਜੇ ਸਰਕਾਰਾਂ ਦਾਅਵਾ ਕਰਦੀਆਂ ਕਿ ਨਸ਼ਾ ਮੁੱਕ ਗਿਆ, ਤਾਂ ਅੱਜ ਫਿਰ ਕਿੱਥੋਂ ਮਿਲਦਾ ਪਿਆ? ਜੇ ਤੁਸੀਂ ਮੈਂ ਨਸ਼ਾ ਕਰਦੇ ਹੋਈਏ, ਅਸੀਂ ਬੰਦਾ ਲੱਭ ਲਾਂਗੇ ਇੱਕ ਮਿੰਟ 'ਚ, ਜਿਹੜੇ ਮਰਜ਼ੀ ਸ਼ਹਿਰ 'ਚ ਵਾੜ ਦਿਉ, ਲੱਭ ਜਾਏਗਾ ਵੀ ਕੌਣ ਦਿੰਦਾ ਪਿਆ। ਨੈਟਵਰਕ ਚੱਲਦਾ ਪਿਆ, ਗਲੀਆਂ ਮੁਹੱਲਿਆਂ 'ਚ ਤੁਰੇ ਫਿਰਦੇ ਨੇ, ਸ਼ਰੇਆਮ ਸ਼ਰੇਆਮ ਸ਼ਰੇਆਮ। ਅਤੇ ਮੈਂ ਕਹਿੰਦਾ ਉਹਨਾਂ ਨੂੰ ਠੱਲ ਪੈ ਜਾਏਗੀ, ਸਮਗਲਰਾਂ ਨੂੰ ਠੱਲ ਪੈ ਜਾਏਗੀ। ਮੈਂ ਜੇ ਅਡਿਕਟ ਹੋ ਚੁੱਕਾ, ਮੇਰੀ ਡੋਜ਼ ਲੱਗਣੀ ਹੈ, ਮੈਨੂੰ ਜੇ ਫ੍ਰੀ ਮਿਲ ਗਿਆ ਤਾਂ ਮੈਂ ਚੋਰੀ ਤਾਂ ਨਹੀਂ ਕਰੂੰਗਾ, ਮੈਂ ਕਿਸੇ ਦੀ ਧੀ ਭੈਣ ਦਾ ਵਾਲੀ ਤਾਂ ਨਹੀਂ ਖਿੱਚੂੰਗਾ, ਮੈਂ ਕਿਸੇ ਨੂੰ ਰਸਤੇ 'ਚ ਕੁੱਟ ਮਾਰ ਤਾਂ ਨਹੀਂ ਕਰੂੰਗਾ। ਮੈਨੂੰ ਪਤਾ ਮੇਰਾ ਏਟੀਐਮ ਕਾਰਡ ਬਣਿਆ, ਮੈਂ ਜਾਣਾ ਹਸਪਤਾਲ, ਸਿਵਲ ਹਸਪਤਾਲ ਦੇ ਅੰਦਰ ਮਸ਼ੀਨ ਲੱਗੀ ਹੈ, ਕੰਟਰੋਲਡ ਤਰੀਕੇ ਨਾਲ ਲੱਗੀ ਹੈ, ਔਰ ਉੱਥੋਂ ਪਿਓਰਟੀ ਚੈੱਕ ਹੋ ਕੇ ਮੈਨੂੰ ਸਮਾਨ ਮਿਲਣਾ, ਔਰ ਉਹ ਜਿਹੜਾ ਸਿੰਥੈਟਿਕ ਨਸ਼ਾ ਥੋੜ੍ਹਾ ਬਚਾਅ ਨਾਲ ਉਹ ਕੰਟਰੋਲਡ ਕੁਆਲਿਟੀ 'ਚ ਜਦੋਂ ਮਿਲੇਗਾ ਤਾਂ ਮੇਰੀ ਜਾਨ ਬਚ ਜਾਏਗੀ। ਧੀਰੇ ਧੀਰੇ ਮੈਂ ਜਾਵਾਂਗਾ, ਮੇਰਾ ਦਿਲ ਕਰੇਗਾ ਕਿ ਮੈਂ ਆਪਣੀ ਆਦਤ ਛੱਡਾਂ। ਨਹੀਂ ਜੇ ਉਹ, ਚਲੋ ਇਹ ਘੱਟ ਗਿਆ, ਉਹ ਹੇਠਾਂ ਆ ਗਿਆ, ਫਿਰ ਅਫੀਮ ਭੁੱਕੀ ਜਿਵੇਂ ਠੇਕਿਆਂ ਦੀ ਮੰਗ ਹੋ ਰਹੀ ਹੈ ਪੰਜਾਬ ਦੇ ਵਿੱਚ, ਸ਼ਰੇਆਮ ਖੁੱਲ੍ਹਣੇ ਚਾਹੀਦੇ ਆ ਸਾਡੇ ਬਜ਼ੁਰਗਾਂ ਨੂੰ। ਚਲੋ ਮੈਂ ਆਪਣੀ ਦਾਦੀ ਜੀ ਦੀ ਗੱਲ ਦੱਸਾਂ, ਨਸਵਾਰ ਸੁੰਘ ਦੀ ਸੀ ਮੇਰੀ ਦਾਦੀ, ਜਿਹੜੇ ਪਿੰਡੋਂ ਆਉਂਦੇ ਸੀ, ਬੀੜੀਆਂ ਵੀ ਪੀਂਦੇ ਸੀ, ਪਿੰਡ ਦੀਆਂ ਲੇਡੀਜ਼, ਪਿੰਡ ਦੇ ਬਜ਼ੁਰਗ ਨਸ਼ਾ ਕਰਦੇ ਸੀ ਫੀਮ ਨੂੰ ਬਤੌਰ ਦਵਾਈ। ਦੇਖੋ ਫੀਮ ਇੱਕ ਨੈਚੁਰਲ ਮੈਡੀਸਨ ਹੈ, ਤੁਸੀਂ ਕਈ ਦਵਾਈਆਂ ਚੱਕ ਲਓ ਉਹਦੇ 'ਚ ਫੀਮ ਪੈਂਦੀ ਹੈ ਬਤੌਰ ਮੈਡੀਸਨ। ਇਹਦੀ ਕੁਛ ਮਾਤਰਾ ਬੰਦਿਆਂ ਨੂੰ ਕਈ ਤਰ੍ਹਾਂ ਦੇ ਵਿਕਾਰਾਂ ਤੋਂ ਬਚਾਉਂਦੀ ਹੈ, ਜੈਂਟਸ ਔਰ ਲੇਡੀਜ਼ ਦਵਾਈ ਦੇ ਤੌਰ 'ਤੇ। ਦੇਖੋ ਓਵਰ ਮਾਤਰਾ 'ਚ ਮੈਂ 3 ਰੋਟੀਆਂ ਖਾਣ ਦਾ ਜੇ ਮੇਰੇ ਕੋਲ ਕਪੈਸਿਟੀ ਹੈ ਨਾ, ਮੈਂ 5 ਖਾਊਂਗਾ ਤਾਂ ਮੈਨੂੰ ਉਲਟੀਆਂ ਲੱਗਣਗੀਆਂ, ਮੈਨੂੰ ਡਾਇਰੀਆ ਹੋਏਗਾ, ਮੈਨੂੰ ਕੋਈ ਹੋਰ ਪ੍ਰੋਬਲਮ ਆਏਗੀ, ਓਵਰ ਡੋਜ਼ ਮੈਂ ਕਿਸੇ ਚੀਜ਼ ਦੀ ਵੀ ਕਰਾਂਗਾ। ਇਹ ਡਾਕਟਰ ਧਰਮਵੀਰ ਗਾਂਧੀ ਹਾਰਟ ਸਪੈਸ਼ਲਿਸਟ ਨੇ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਹੀ ਕਿਸੇ ਨੂੰ ਹਾਰਟ ਅਟੈਕ ਆਉਂਦਾ, ਸਭ ਤੋਂ ਪਹਿਲਾਂ ਅਫੀਮ ਦੀ ਬਣੀ ਗੋਲੀ ਐਲਪ੍ਰੈਕਸ ਜਿਹੜੀ ਉਹੀ ਕੰਮ ਆਉਂਦੀ, ਡਾਕਟਰ ਕੋਈ ਵੀ ਹੈ ਸਿਰਫ ਉਹੀ ਦਿੰਦਾ, ਉਹੀ ਜਾਨ ਬਚਾਉਂਦੀ, ਉਹੀ ਜਾਨ ਬਚਾਉਂਦੀ ਹੈ। ਅਤੇ ਜਿਹੜੇ ਸਾਡੇ ਬਜ਼ੁਰਗ ਯਾਦ ਕਰੋ ਨਾ, ਜਿਹੜੇ ਸ਼ੁਰੂ ਤੋਂ ਫੀਮ ਖਾਂਦੇ ਸੀ, ਫੀਮ ਦੀ ਵੀ ਡੁਪਲੀਕੇਸੀ ਆ ਗਈ। ਮੈਂ ਕਹਿੰਦਾ ਜੈਨੂਅਨ ਫੀਮ, ਜੇ ਮੇਰੇ ਪੜੋਸੀ ਰਾਜ ਰਾਜਸਥਾਨ 'ਚ, ਪੜੋਸੀ ਰਾਜ UP 'ਚ ਠੇਕੇ ਹੋ ਸਕਦੇ ਭੁੱਕੀ ਦੇ, ਆਪਣਾ ਫੀਮ ਦੇ, ਜਾਂ ਹੋਰ ਜਿਹੜੀਆਂ ਖੇਤੀ ਤੋਂ ਨੈਚੁਰਲ ਥਾਵਾਂ ਤੋਂ ਆਉਂਦੀਆਂ, ਅਤੇ ਪੰਜਾਬ ਨੂੰ ਕੀ ਗੋਲੀ ਵੱਜੀ ਹੈ ਦਿਓ। ਮੈਂ ਕਹਿੰਦਾ ਜਿਨ੍ਹਾਂ ਨੂੰ ਆਦਤ ਪਈ ਹੈ, ਘੱਟੋ ਘੱਟ ਉਹ ਕੰਟਰੋਲ ਰੇਟ 'ਤੇ ਦਿਓ, ਤਾਂ ਕਿ ਉਹ ਘਰ ਪੈਸਿਆਂ ਵੱਲੋਂ ਨਾ ਉੱਜੜਨ। ਨਹੀਂ ਜੇ ਠੇਕੇ, ਤੁਸੀਂ ਕਿਹਾ ਵੀ ਠੇਕੇ ਖੋਲ੍ਹ ਜਾਣ ਅਫੀਮ ਪੋਸਦੇ, ਅਤੇ ਫਿਰ ਲੋਕ ਨਸ਼ੇ 'ਤੇ ਨਾ ਲੱਗ ਜਾਣਗੇ। ਭਾਅ ਜੀ ਮੈਂ ਰੋਜ਼ ਠੇਕੇ ਦੁਆਰ ਖਲੋਨਾ, ਕਿਉਂਕਿ ਪਾਰਕਿੰਗ ਉੱਥੇ ਨਾਲ ਮੇਰਾ ਨਾਈ ਹੈ, ਨਾਲ ਮੇਰਾ ਬੈਂਕ ਹੈ, ਮੈਂ ਜਾ ਕੇ ਬੋਤਲ ਹੀ ਨਹੀਂ ਕਿਤੇ ਖਰੀਦੀ। ਮੇਰਾ ਨਹੀਂ ਦਿਲ ਕਰਦਾ ਮੈਂ ਸ਼ਰਾਬ ਪੀਵਾਂ, ਯਾਨੀ ਕਿ ਜਿਸ ਬੰਦੇ ਨੂੰ ਜਿਸ ਚੀਜ਼ ਦੀ ਨਹੀਂ ਲੋੜ। ਹੁਣ ਇੱਕ ਗੱਲ ਦੱਸੋ, ਡਾਕਟਰੀ ਦੀਆਂ ਕਿਤਾਬਾਂ ਅਵੇਲੇਬਲ ਹੈ? ਅਵੇਲੇਬਲ ਨਾ ਬੁੱਕ ਸਟੋਰ 'ਤੇ ਲੈ ਕੇ ਪੜ੍ਹੀਆਂ ਜੇ, ਕਿਉਂ ਹਾਂ ਮੈਨੂੰ ਜ਼ਰੂਰਤ ਨਹੀਂ ਸ਼ਰਾਬ ਦੀ, ਮੈਂ ਲੈ ਕੇ ਪੜ੍ਹੀ ਪੀਤੀ ਨਹੀਂ, ਪਰ ਜਿੱਦਣ ਲੋੜ ਪੈਂਦੀ ਹੈ ਮੈਂ ਜਾਂਦਾ, ਕੋਈ ਮੇਰੇ ਘਰ ਗੈਸਟ ਆਉਂਦਾ ਆ ਜਾਓ ਯਾਰ ਲਾ ਲਓ ਜਿਹੜਾ ਜਿਹੜਾ ਪੈਗ ਲਾਉਣਾ। ਅਤੇ ਇਸੇ ਤਰ੍ਹਾਂ ਜੇ ਫੀਮ ਭੁੱਕੀ ਦੇ, ਪਤਾ ਕੀ ਹੈ ਅੱਜ ਦੀ ਡੇਟ 'ਚ ਮਾਰ ਕਿੱਥੇ ਪੈਂਦੀ ਵੀ, ਤੁਸੀਂ ਅਨਾਲਿਸਿਸ ਕੱਢ ਲਓ, ਗੂਗਲ 'ਤੇ ਵੇਖ ਲਓ, ਜਦੋਂ ਕਿਸੇ ਚੀਜ਼ 'ਤੇ ਵੱਡੀ ਰੋਕ ਲੱਗੇਗੀ ਉਹਦੀ ਬਲੈਕ ਮਾਰਕੀਟਿੰਗ ਸ਼ੁਰੂ ਹੋਏਗੀ, ਜਦੋਂ ਉਹਦੀ ਬਲੈਕ ਮਾਰਕੀਟਿੰਗ ਸ਼ੁਰੂ ਹੋਏਗੀ ਉਹਦੇ ਲਈ ਫਿਰ ਲੜਾਈਆਂ ਵੀ ਹੋਣਗੀਆਂ, ਉਹ ਫਿਰ ਇੱਕ ਮਾਫੀਆ ਦੇ ਹੱਥਾਂ 'ਚ ਜਾਏਗੀ। ਜਦੋਂ ਮਾਫੀਆ ਦੇ ਹੱਥਾਂ 'ਚ ਜਾਏਗੀ ਤਾਂ ਰੇਟ ਉਹਨਾਂ ਦੀ ਮਰਜ਼ੀ 'ਤੇ ਲੱਗਣਗੇ, ਜਦੋਂ ਰੇਟ ਮਰਜ਼ੀ 'ਤੇ ਲੱਗਣ। ਇੱਕ ਪਾਸੇ ਪਹਿਲਾਂ, ਹੁਣ ਸਾਨੂੰ ਅੰਗਰੇਜ਼ਾਂ ਨੇ ਮੁਫਤ ਚਾਹ ਪਿਆਈ ਸੀ, ਅੱਜ ਚਾਹ ਪੱਤੀ ਦਾ ਰੇਟ ਕਰ ਦਿਉ 3,000 ਰੁਪਏ ਕਿਲੋ, ਤੁਸੀਂ ਫਿਰ ਵੀ ਖਰੀਦੋ, ਲੈਣਾ ਪਏਗਾ ਕਿਉਂਕਿ ਸਾਨੂੰ ਐਡਿਕਸ਼ਨ ਹੋ ਚੁੱਕੀ ਹੈ, ਅਸੀਂ ਹੁਣ
पिछले घंटे दो बारी पी ली है, तीजी बारी पीन का भी जी है कि एनर्जी लैवल घट रहा, चलो पी लो शायद उसका फायदा हो जाए। सो कहन का भाव है भुक्की का ठेका खुलन नाल। मैं तो कहना शराब भी जी है ना, ये भी बहुत वड्डा घपला चल रहा जे। वैसे एक्साइज एक्ट के अंडर आती है, रजिस्टर नंबर RG1 ची एंट्री होंगी है, किसी ठेके तो कभी बिल नहीं मिलता। हुण मेरी गल नूं सारे दर्शक ध्यान नाल सुनन, इहदी ब्लैक मार्केटिंग कित्थों हो रही है? पंजाब च इन्नी महंगी भी हो गई फिर भी ब्लैक मार्केटिंग कित्थों हुंदी है? फैक्ट्री नूं 10,000 बोतल बनाने की इजाजत है, 10,000 बोतल ही बनी असी ईमानदारी नाल चलीए, पर क्या यह प्रूफ हैगा कि 10,000 ही विकी? दसो जे बिल कटिया जाएगा तो 10,000 ही विकेगी, 10,000 एक नहीं हो सकती। 10,000 पिछों चली, 50 ताड़ी दुकान पर, 100 मेरी दुकान पर, 200 वीर दी दुकानों पर, जिदी जिनी कपैसिटी से उन्हें खरीद के ला ली, तो उस तो बाद उन्नी ही विकी क्योंकि बिल कटिया गया। बिल दो कारण करके नहीं कटिया जाता, एक तो ओवर प्राइस करते हैं पैसे वध लेंदे ने, दूजा अकाउंटेबिलिटी ना हो सके, बिल मंगन के बावजूद बिल नहीं मिलता। चलो मैं ना किसी चंडीगढ़ के ठेके च भाजी फैक्ट्री तो 50,000 बनती पी, फिर तो बाकी 40,000 का दो नंबर काम चलता पाया, उसके लिए फिर कौन नहीं रलिया होगा? तुम सोच लो शराब की मैं बोतल घर च रख ला तो वो तो लसेंस है भी इन तो बद नहीं रख सकते। मल्लन साहब पिछले दिन डॉक्टर धर्मवीर गांधी और असी इंटरव्यू करी है, उन्होंने इस चैनल पॉलिटिक लाइव के उपर हू बहू जो शब्द ने वो मैं साझे करने चाहवागा। वह कहें जदों 1985 के राजीव गांधी NDPS एक्ट लैके आए ने, नशा रोकू एक्ट जेड़ा, तो उस तो बाद जी है ब्लैक होनी शुरू हो गई है अफीम खसखस की जड़ी ये चीज़ा ने भुक्की की सॉरी। तो इस तो इलावा उन्होंने कहना सी कि खाड़कूवाद के दौरान उदों अतवाद के नाम के उपर अमीर तनाडा ने व्यापारियों ने ते पुलिस प्रशासन के कुछ अधिकारियों ने रज के अपने नोटों नाल हथ रंगे ने, हुण वह वक्त बीत गया तो हुण उन्होंने सब तो सौखा रस्ता जिहड़ा है ये नशे वाला लभ गया, सब तो सौखा रस्ता है पैसे कमाउण दा। फिर वकील साहब ये बनेगा कि मैं तुहानूं इही तो सवाल करिया, तुसीं कह रहे हो ATM मशीनां जिहड़ियां ने वह लग जाण चिट्टा हौली हौली उत्थों जावे, तुहाडे शब्दां ही सुनना चाहुंदा भाजी। मेरा पहला हुण तुसीं मैनूं किसी चीज़ की आदत ला चुके हो, एकदम बंद करोगे तो मैं तड़फांगा, तुहानूं मारन तक जावांगा। मेरी डोज अज 2 ग्राम है, कल उन्हें 2.25 ग्राम करोगे, 1.5 करोगे। डॉक्टर मैं की कहना नाल ATM मशीन कित्थे लगे? हस्पताल च डॉक्टर की नज़र के सामने, बैंकों वाला काम ही हो, बैंक के कोल ATM पैसे अंदर जाए, यानी कि हस्पताल के बंदा अंदर जाए, वो एक एडिक्शन सेंटर हो, बंद शरेआम सुनील कुमार मनेगा कि मैं पीना, बाहर उन्होंने पैसा का मिलता, उत्थे उन्होंने फ्री मिलना, ATM कार्ड ने दूजा कढ़ना ही नहीं। जो जो डॉक्टर ने कहता भी सुनील कुमार को 3 डोज़ा दें अलाउड है, जाके अपना कढ़ा लिया तो वेख ही नहीं सकता। सब तो पहला तो जी वो महंगापन है जेडे माफिया रंग, वो करना नहीं चाहता भाजी, वो मशीन लग सकती है और धीरे धीरे वो डोज घटती जाएगी। तो मैनू मेरा नशा अज मिल गया, दोपहर का मैनू फिर मिल गया, रात का मैनू फिर मिल गया, प्लस वो मेरा ट्रीटमेंट शुरू हो गया, वह अपने आप जी करना शुरू करना है कि मैनू चलो मेरे पैसे बचने शुरू होए, कर दियाँ चोरिया बंद हुई, उस बच्चे का जी करना है। फिर उस तो बाद साढ़े को आयुर्वेदिक तरीके बड़े ने, मैं अपने दोस्त की शराब छड़ाई है और उन्होंने दस के छड़ाई है, मैं कहा तू नहीं छड़ना चाहता, मैं 22 दिन वो नाल रहा, यह हाल हों कि भाजी 11 बज गए हूँ, बहुत टाइम हो गया, मैं एक पैग ला लें दो, चंगा साबे जदाद है बंदा। मैं कहा वीर मेरा तू जिनी मर्जी पी, मैं तेरे लिए 6 बोतल लैके आया, रस्ता एड्डा लंबा बिहार जाना सी, कोई दिक्कत नहीं। पर जो मैं वो आदत तो इरीटेट हो गया, मैं कहा हूँ मैं तेरी शराब छड़ाऊंगा घटाऊंगा, छड़ा नहीं, पहला सिक्योरिटी उन्होंने मैं ये दी भी तेरा अंदरों जी खिच पैंती ना मैं घटाऊंगा। मैं बाजार गया, एक दवाई ली, उन्होंने मैं दवाई देती, वो सामने गिलास 20 बूंदा पाँदा सी, तो मैं प्लस एक एनर्जी दे दिंदा सी, दो चीज़ा होम्योपैथिक। मैं उन्होंने सवेरे उठ के वो सामने मैं गल अपने हथी पा, क्योंकि वो इच्छा शक्ति जागे, वो सामने पाउनी, कहिंदा भाजी तुसीं धक्का बड़ा करदे हो। तो 4-5 दिनों वो 11 बजे वाली जी 4 बजे तक पहुँच गई सी, तो चार कहने तो भाव भी तुहाडे यतनां नाल हौली हौली वो शराब जी है वो आदत छुट गई, शराब की बोतल रोकी, खरीद के दिती दवाई भी मैं खरीद के दिती और अपने हथी पैग भी पियांदा रहा, तो दवाई भी पियांदा रहा, तो 4 बजे तक पहुँच गई, अज 7 बजे तक पहुँच गई है। नो डाउट कदी कदी
महीने छपाई यार दोस्तों ना पैंता तो 11 बजे पी लेंदा या 12 बजे या 1 बजे पी लेंदा बट वो आप कहता कहता भाजी जी अंदरों खिच पैंती होंगी सी ना मैनू वो शुक्र है तुम्हें मेरी छुड़ाती तो कभी कभी मिस भी मार जाता एक दिहाड़ी तो कितनी चंगी गल है इट मीनस जे आप एफर्ट करिए जे साडे दिल च इच्छा होवे मैं कहना मेरी सरकार को की नहीं हैगा चंगे डॉक्टर खुडे लैन लाए ने चंगे साइंटिस्ट खुडे लैन लाए ने तो व्यापारियों अगे लिया जा रहा तुम बड़े ध्यान वेखो ना पार्लियामेंट भी साड़ी व्यापार कर रही है पहला उन्होंने किसानों वास्ते जड़े वड़े वड़े गोदाम खोले तो कानून बाद चो आता है यदा मतलब पार्लियामेंट व्यापारी बैठे ना कि उन्होंने कितना पता लग गया कि पार्लियामेंट कि कानून आने वाला कि असी पहला ही साल पहला ही असी गोदाम बना लिए किसानी कानून जोड़ा आया इट मीनस कित ना कि व्यापार जोड़ा है जोड़ा एक माफी है चिट्टे काले का ये चला वाले व्डे व्यापारी ने जिन्हों के थ्रू व्डिया खेपा आ रही और उन्होंने साथ देने वाले संतरी मंत्री सारे रले ने भाजी सरकार चाहे ना मंदिर गुरुद्वारे बारों चप्पल ना चोरी हो जे घर का प्यो ईमानदार हो तो बच्चों दे खंगूरे तो डर लगता है तो जे प्यो ही हो जा तो बच्चे की कहेगा बह जा पो जा चुप करके कल तेरी भी औकात वेखी है सो मेरे नज़र के मुताबिक शराब दियाँ ATM मशीन भी अपना पैग पीओ तो घर चल जाओ होनी चाहिए है की माड़ा भाजी मैं दसो तुम भी शराब के ठेकेवार खिलोदे लई जे कभी पीती नहीं वेख लो पी लो लैके गल उही है कि जे तुहाडा दिल नहीं करता तो मैं तुहानू कुड़ियां विखा देना शराब के ठेके तो शराब लैंदियाँ मैडिकल स्टोर तो यह जी गोलियां तो यह समान लैंदियाँ सैक्स नू प्रोवोक करन वालियां चीज़ां लैंदियाँ मैं दिखा दिना आओ चलो मेरे नाल चंडीगढ़ ही जिन्हों लोड़ है उन्हें वो चीज़ पैदा कर लेनी है ये चिट्टे दे नशे तो गल जाहर है या तो सरकार क्लेम कर दे भी एक भी दाणा चिट्टे नशे का नहीं वेखता पिया तो फिर मैं सरकार नूं पुछा भी पुत कि मरते पे ने ओवरडोज नाल तो जे वो नशा कर रहे ने तो उन्हें लीगल तो नहीं मैं कहता कर दो बट उन्हें कंट्रोल्ड अवस्था में अपनी थावां ते ला लो डॉक्टर है होर बड़ी कंट्रोल्ड पोजिशन से कि मेरा भी अंगूठा लगे कि वाकई सुनील मलन ही आया ना मेरा ATM कार्ड कोई होर ही मजे लैंदा होवे और 3 महीने बाद उन्होंने नवा ATM कार्ड लेना पड़े ATM कार्ड की कीमत रख दो 1000 रुपया 500 रुपया कि 3 महीने बाद रिन्यू भी होएगा दे दो की माड़ा है भी सहजता नाल हौली हौली नशे तो छुटकारा पा सकते 100% पा सकते ने और जेड़ा माफिया काम करता पाया वेखो ना मैं एक शराबी सी शराब का व्यापार करते हरियाणे जो लैके पंजाब च वेचते मैं उन्होंने पूछया मेरे क्लाइंट सी उन्होंने जमानत कराइया मैं तो मैं उन्होंने पूछया मैं कहा वीर मैनू यह दस भी चक्कर की है कहिंदा भाजी अहीं सानू खुशी बड़ी है मैं क्यों कहिंदा रॉयल स्टैग की बोतल पहले 100 रुपए की इत्थे वेचदी पंजाब च हुण 500 रुपए की विकदी है कहिंदा असीं उत्थों बल्क च चुकदे हां 75 रुपए की तो असीं 250 की वेचदे हां 100 तो 500 की विक रही है नाल दी स्टेट च 100 दी है साडे च 500 दी है कहिंदा 400 रुपए के मार्जिन च खेडण नूं बहुत कुछ है कहिंदा ट्रक पूरा अमृतसर आउंदा है भला रस्ते च कहिंदा पता नहीं कहिंदा महीने लगे साडे पर किसी नूं जदों महीना नहीं पाउंदा उह चलान कट दिंदा साडा या 61-14 पा दिंदा सो कहण दा भाव यह है कि असीं महंगा क्यों करना है इहनूं जिन्ने खा देखो तुसीं गुरुद्वारा साहब जाणा ना तो तुहानूं जाण तों रोक कोई नहीं सकदा तो जे तुसीं नहीं जाणा ना किसी मंदिर गुरुद्वारे च तो तुहानूं उत्थे वाड़ कोई नहीं सकदा धक्के नाल लै वी कोई गया तां वी इधर उधर फिर वेखी जाणा कम्म ते फिर नहीं होगा फिर भी मत्था नहीं टेकना जे टेक भी लिया तो वह ध्यान कितें होर होना किसी माड़े चंगे काम वल होना सो इस करके ये गलत धारणा भी कोई भी बंदा ठेका खुला वेख के शराब पीन चल जाएगा नहीं नहीं जाएगा कोई भी बंदा फीम दे या उदे खुल जाण मैं कहना आ बिल्कुल नाल अपने सहारनपुर है सहारनपुर टपदे सार खब्बे हथ दो ठेके कट्ठे है सहारनपुर अजकल बंद हो गई है हुण इधर राजस्थान चल जाओ गंगानगर जांदे आ सार मतलब बैरीयर लगा पुलिस दा नाल ही अगले पासे ठेका दसो तो की माड़ा है जे राजस्थान च विक सकती है होर स्टेटा च विक सकती है और अगली गल तुहानू होर दस दिना साडी सरकार कह रही है कि साडे कोल ओवर कपैसिटी है प्रोड्यूस करन दी पर जदों वो नशा अवेलेबल नहीं कराना तो उहदे बदले जदों सिंथेटिक नशा होना तो घट्टो घट सरकार नूं चाहिए मावां दे पुत ना मारो उन्हां नूं फ्री ATM मशीन ला दो तो फ्री ATM मशीन तो
या 10-20 रुपये 50 रुपये कॉस्ट रख दो ताकि ATM मशीन की डॉक्टर की फी 50 रुपये रख दो डोज दे पर 5,000 की डोज ना मिले ताकि घर ना कोई उजड़े फिर पूरी दुनिया के सामने इन्हें करतूतों भी जग जाहिर हो जाएंगे ना भी मावां के पुत्तां नूं मार कौन रहा कौन मरवा रहा कि जिहड़े एडे एडे खिडारी ने इस गेट के जिन्हां नूं इस भारत का जिन्हां नूं फिक्र नहीं रत्ती पर जिहदे वास्ते अपना खून पता नहीं कोई गरीबां दे सन अमीरां दे सन बच्चे वो अपने अपनियां जानां वर गए कि कदे सोने की चिड़ी फिर कितने चाहे चाहेगा पर अज शायद उन्होंने एक बड़ी बुरी हालत के पहुँचा दिता है। मलन साहब इन्ना कीमती समा देने लिए बहुत बहुत धन्यवाद। धन्यवाद भाजी धन्यवाद। मैं तो फिर सरकार को अपील करूँगा इस मेरिया गलों पर विचार करो। मैं नशा प्रमोटर नहीं बट मैं मावां के पुत बचाना चाहना कुड़ियाँ वो बचाना चाहना जिहड़ियां नशे च ग्रस्त हो चुकिया ने और नशे नूं खत्म करन दा मैडिकली इक्को तरीका है कि वो डोज 100 तो 0 ते लियांदी जावे एक सिस्टमैटिक तरीके नाल ते उधर उहदी बॉडी दी नूं अंदरों वाश करन वास्ते आयुर्वेद च बहुत वधिया टॉनिक ने होमोपैथ च बहुत वधिया टॉनिक ने उस आयुर्वेद डॉक्टरां नूं उस होमोपैथ डॉक्टरां नूं ईवन भाजी तुहानूं एक होर गल दस दिंदा साहीवाल गां उहदा दुद्ध भी पीणा शुरू कर दो ते उहदे नाल भी नशियां दी लत टुटनी शुरू हुंदी जे जे उहदा दुद्ध पीणा शुरू कर दिंदा ਤਾਂ ਵੀ ਨਸ਼ਿਆਂ ਦੀ ਆਦਤ 'ਚੋਂ ਨਿਕਲਣਗੇ ਨੋ ਡਾਊਟ। ਨਸ਼ਾ ਕਰਨ ਦਾ ਲੈਵਲ ਹੀ ਇੰਨਾ ਉੱਚਾ ਹੋ ਚੁੱਕਾ ਕਿ ਉਹਨੂੰ ਟਾਈਮ ਲੱਗੇਗਾ ਬਟ ਵਾਪਸੀ ਪੋਸੀਬਲ ਹੈ। ਧੰਨਵਾਦ ਵਕੀਲ ਸਾਹਿਬ। ਥੈਂਕ ਯੂ ਸਰ।